ਦੋਸਤ ਇੱਕ ਗਜ਼ਲ ਮੇਰੇ ਕਾਵਿ ਸੰਗ੍ਰਹਿ ਰਾਵੀ ਚੋਂ ਕਿ ਚਾਨਣ ਕਣੀਆਂ ਆ ਫੜ ਸੂਰਜ ਰੂਹ ਦੇ ਵਿੱਚ ਜਗਾ ਲਿਆ ਤਾਰੇ ਵੇਖੀਏ ਸਭ ਹੂੰਝ ਦੇਣਗੇ ਤੇਰੇ ਮਨ ਦਾ ਨੇਰ ਪਿਆਰੇ ਇਹ ਜਗ ਦੇ ਜੋ ਦੀਵੇ ਤੇਰੇ ਮੱਥੇ ਅੰਦਰ ਵਾਂਗ ਮਿਸ਼ਾਲਾਂ ਵੇਖੀ ਕਿਤੇ ਬੁਝਾ ਨਾ ਦੇਵਣ ਨੈਣਾ ਵਿਚਲੇ ਹੰਝੂ ਖਾਰੇ ਕਿੰਨੇ ਅੰਬਰ ਧਰਤ ਸਮੁੰਦਰ ਦਿਨ ਤੇ ਰਾਤ ਕਰਨ ਪਰਕਰਮਾ ਬੰਦਿਆ ਤੇਰੀ ਸੇਵਾ ਖਾਤਰ ਕਿੱਦਾਂ ਫਿਰਦੇ ਚੰਨ ਸਤਾਰੇ ਹਿੰਮਤ ਨਾਲ ਘੁਮਾ ਦੇ ਚਾਬੀ ਹਰ ਜੰਦਰੇ ਨੂੰ ਖੋਲਣ ਹਾਰੀ ਉੱਡਣਗੇ ਇਹ ਵਾਂਗਰ ਬਾਜ਼ਾਂ ਖੁਆਬ ਖਿਆਲ ਜਵਖਤਾਂ ਬਾਰੇ ਪੰਛੀਆਂ ਦੇ ਆਜ਼ਾਦ ਪਰਾਂ ਨੂੰ ਬੰਧਨ ਲਾਉਂਦੇ ਛਾਤਰ ਭਾਵੇਂ ਨਾ ਭੁੱਲੀ ਉੱਡ ਜਾਂਦੇ ਹਿੰਮਤੀ ਡੋਰਾਂ ਲੈ ਕੇ ਉੱਡਣ ਹਾਰੇ ਪਿੰਜਰੇ ਅੰਦਰ ਚੂਰੀਆਂ ਖਾਂਦੇ ਵਿੱਚ ਬਗੀਚੇ ਅੰਬੀਆਂ ਟੁੱਕਣ ਤੋਤਾ ਚਸ਼ਮ ਨਸਲ ਦੇ ਪੰਛੀ ਹਰ ਥਾਂ ਹੋ ਗਏ ਕਾਬਿਲ ਸਾਰੇ ਮੈਂ ਸਮਿਆਂ ਦਾ ਰੋਜ਼ ਨਾਮਚਾ ਮੁਨਸ਼ੀ ਵਾਂਗੂ ਲਿਖਦਾ ਰਹਿੰਦਾ ਕੀ ਕਰਦਾ ਜੇ ਕੋਲ ਨਾ ਹੁੰਦੇ ਪੁਰਖਿਆਂ ਦੇ ਉੱਤੇ ਸ਼ਬਦ ਉਧਾਰੇ ਚਾਨਣ ਕਣੀਆਂ ਆ ਫੜ ਸੂਰਜ ਰੂਹ ਦੇ ਵਿੱਚ ਜਗਾ ਲੈ ਤਾਰੇ ਵੇਖੀ ਇਹ ਸਭ ਹੂੰਝ ਦੇਣਗੇ ਤੇਰੇ ਮਨ ਦਾ ਨੇਰ ਪਿਆਰੇ ਮੈਂ ਸਮਿਆਂ ਦਾ ਰੋਜ਼ ਨਾਮਚਾ ਮੁਨਸ਼ੀ ਵਾਂਗੂ ਲਿਖਦਾ ਰਹਿੰਦਾ ਕੀ ਕਰਦਾ ਜੇ ਕੋਲ ਨਾ ਹੁੰਦੇ ਪੁਰਖਿਆਂ ਦੇ ਉੱਤੇ ਸ਼ਬਦ ਸਹਾਰੇ ਹਿੰਮਤ ਨਾਲ ਘੁਮਾ ਦੇ ਚਾਬੀ ਹਰ ਜੰਦਰੇ ਨੂੰ ਖੋਲਣ ਹਾਰੀ ਉੱਡਣਗੇ ਫਿਰ ਵਾਂਗਰ ਬਾਜ਼ਾਂ ਖਾਬ ਖਿਆਲ ਜੋ ਵਕਤਾਂ ਪਾਰੇ ਧੰਨਵਾਦ ਤੁਹਾਡਾ ਆਪਣਾ ਗੁਰਭਜਨ ਗਿੱਲ।